ਓਏ ਇੱਧਰ ਇੱਧਰ ਫੜ 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 ਉੱਤੇ ਉੱਤੇ ਰਹਿ ਉੱਤੇ ਉੱਤੇ ਰਹਿ ਟਿਊਟੋਰੀਅਲਸ ਕੇ ਲਿਏ ਵਿਜ਼ਿਟ ਕੀਜੀਏ www.mtctutorials.com ਔਰ ਡਾਊਨਲੋਡ ਕੀਜੀਏ ਫ੍ਰੀ ਟੈਂਪਲੇਟਸ। ਬਾਬਾ ਜੀ ਤੇ ਰੱਖ ਜੀ ਜਿੱਤਿਆ, ਪੂਰੀ ਦੁਨੀਆ ਨੇ ਦੇਖਿਆ, ਪਰ ਇਹ ਚੀਜ਼ਾਂ ਜਿਹੜੀਆਂ ਇਸ ਵੇਲੇ ਤੁਸੀਂ ਪਿੰਡ ਦੇ ਵਿੱਚ ਆ ਕੇ ਮਹਿਸੂਸ ਕਰ ਰਹੇ ਹੋ, ਇਹ ਕਿੰਨੀਆਂ ਕੁ ਤੁਹਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਹਿ ਸਕਦੇ ਕਿ ਵੱਖਰੇ ਮਾਇਨੇ ਰੱਖਦੀਆਂ ਨੇ? ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਆਪਣੇ ਪਿੰਡ ਵਾਸੀਆਂ ਦਾ, ਸਾਰੇ ਸਰਪੰਚ ਸਾਹਿਬ ਦਾ, SHO ਸਾਹਿਬ ਦਾ, ਐਂਡ ਮੇਰੇ ਸਭ ਤੋਂ ਪਹਿਲੇ ਟੀਚਰ ਦਾ, ਕਿਉਂਕਿ ਸਰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਸਕੂਲ ਸੀ ਸਰ, ਐਂਡ ਮੈਂ ਆਪਣੀ ਜ਼ਿੰਦਗੀ ਦੀਆਂ ਪਹਿਲੇ ਜਿਹੜੀਆਂ 8 ਕਲਾਸਾਂ ਸਕੂਲ ਦੀਆਂ ਉਹ ਇਸ ਸਕੂਲ ਤੋਂ ਹੀ ਖੇਡ ਗਈ, ਬਹੁਤ ਵਧੀਆ ਲੱਗ ਰਿਹਾ ਇਸ ਵਕਤ ਇਸ ਜਗ੍ਹਾ ਦੇ ਉੱਤੇ ਆ ਗਏ। ਜਦੋਂ ਦਾ ਇਸ ਸਕੂਲ ਨੂੰ ਛੱਡੇ ਉਸ ਤੋਂ ਬਾਅਦ ਸਭ ਤੋਂ ਪਹਿਲੀ ਵਾਰੀ ਮੈਂ ਤੁਸੀਂ KBC ਦੇ ਵਿੱਚ ਜਿਹੜੀ ਗੱਲ ਕਹੀ ਸੀ ਔਰ ਉਸਦਾ ਜ਼ਿਕਰ ਅਮਿਤਾਭ ਬੱਚਨ ਨੇ ਵੀ ਕੀਤਾ ਸੀ ਔਰ ਇਹ ਜਿਹੜੀ ਇੱਥੇ ਖੜੇ ਹੋ ਕੇ ਤੁਸੀਂ ਗੱਲ ਕਰ ਰਹੇ ਹੋ, ਦੋਨਾਂ ਦਾ ਆਪਸ ਦੇ ਵਿੱਚ ਬਹੁਤ ਮੇਲ ਹੈ ਕਿ ਜਿਹੜੀ ਨੀਂਹ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ। ਬਿਲਕੁਲ ਸਰ, ਬਿਲਕੁਲ, ਜਿਹੜੀ ਆਪਣੀ ਇੱਕ ਤਾਂ ਘਰਦਿਆਂ ਦੀ ਜਿਹੜੀ ਸਪੋਰਟ ਸੀ ਜਿਹੜੀ ਮੁੱਢਲੀ ਪੜ੍ਹਾਈ ਹੁੰਦੀ ਹੈ ਬੱਚੇ ਦੀ, ਉਹ ਹੀ ਮਤਲਬ ਨੀਂਹ ਪੱਥਰ ਹੁੰਦੀ ਹੈ ਇੱਕ ਬੱਚੇ ਦੀ ਕਿ ਉਹ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੈ ਜਾਂ ਉਹ ਬੱਚੇ ਦਾ ਜਿਹੜਾ ਵਿਕਾਸ ਪੱਧਰ ਹੈ ਕਿੱਥੋਂ ਤੱਕ ਜਾਏਗਾ। ਸੋ ਇਸ ਸਕੂਲ ਦਾ ਬਹੁਤ ਵੱਡਾ, ਮੇਰੇ ਖਿਆਲ ਨਾਲ ਸਭ ਤੋਂ ਵੱਡਾ ਰੋਲ ਇਸ ਸਕੂਲ ਦਾ ਹੀ ਹੈ ਕਿ ਜੋ ਵੀ ਅੱਜ ਮੈਂ ਜਿੱਥੇ ਮੁਕਾਮ 'ਤੇ ਬੈਠਾ ਸੀ, ਜਿਹੜੇ ਪਿੰਡ ਤੋਂ 50 ਕਿਲੋਮੀਟਰ ਬੱਸ ਦੇ ਵਿੱਚ ਸਫ਼ਰ ਤੈਅ ਕਰਦੇ ਸੀ, ਅੱਜ ਕਈ ਕਿਲੋਮੀਟਰ ਸਫ਼ਰ ਤੁਹਾਨੂੰ ਕਈ ਗੱਡੀਆਂ ਸਵਾਗਤ ਕਰਕੇ ਇੱਥੇ ਲੈ ਕੇ ਪਹੁੰਚੀਆਂ, ਉਹ ਕਿੰਨਾ ਕੁ ਯਾਦਗਾਰੀ ਪਲ ਰਹੇਗਾ? ਬਹੁਤ, ਸਭ ਤੋਂ ਜ਼ਿਆਦਾ ਰਹੇਗਾ ਸਰ, ਬਹੁਤ ਯਾਦਗਾਰੀ ਪਲ ਰਹੇਗਾ ਕਿਉਂਕਿ ਸਾਰੇ ਪਿੰਡ ਵਾਸੀਆਂ ਨੇ ਬਹੁਤ ਸਪੋਰਟ ਕੀਤੀ ਹਮੇਸ਼ਾ, ਮਤਲਬ ਬਿਲਕੁਲ ਵੀ ਮਤਲਬ ਸੋਚਿਆ ਵੀ ਨਹੀਂ ਸੀਗਾ ਕਿ ਮਤਲਬ ਪਿੰਡ ਵਾਲੇ ਇੰਨੇ ਉਤਸ਼ਾਹ ਦੇ ਨਾਲ ਜਾਂ ਇੰਨਾ ਸਾਥ ਦੇਣਗੇ, ਅਤੇ ਬਹੁਤ ਵਧੀਆ ਲੱਗਾ ਸਰ ਸਾਰੇ ਪਿੰਡ ਵਾਸੀਆਂ ਦਾ, ਖਾਸ ਕਰਕੇ ਸਾਰੇ ਮੇਰੇ ਪਾਪਾ ਦੇ ਜਿਹੜੇ ਯਾਰ ਦੋਸਤ ਭਰਾਵਾਂ ਵਰਗੇ, ਉਹਨਾਂ ਨੇ ਬਹੁਤ ਸਾਥ ਦਿੱਤਾ। ਹੁਣ ਤੱਕ ਇੱਕ ਸਸਪੈਂਸ ਬਣਿਆ ਸੀ ਕਿਉਂਕਿ ਜਦੋਂ ਪ੍ਰੋਮੋ ਲਾਂਚ ਹੋਇਆ ਉਸ ਦੇ ਵਿੱਚ ਕਿਹਾ ਗਿਆ ਕਿ 1 ਕਰੋੜ ਤੱਕ ਪਹੁੰਚ ਗਏ ਨੇ, ਹਾਲੇ ਅੱਗੇ ਪਹੁੰਚ, ਹਾਲਾਂਕਿ ਤੁਸੀਂ ਕਲੀਅਰ ਕਰ ਚੁੱਕੇ ਸੀ ਕਿ ਉਹਦਾ ਉਦੋਂ ਹੀ ਪਤਾ ਲੱਗੇਗਾ, ਪਰ ਜਦੋਂ ਤੁਸੀਂ ਕੁਇਟ ਕੀਤਾ ਉਹ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਉਹਨਾਂ ਨੂੰ ਜ਼ਰੂਰ ਦਿਸ਼ਾ ਨਿਰਾਸ਼ਾ ਹੋਏਗੀ, ਪਰ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਜਦੋਂ ਤੁਸੀਂ ਇਹ ਫੈਸਲਾ ਲਿਆ? ਨਹੀਂ ਸਰ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਸ਼ੋਅ ਦਾ ਕੋਈ ਵੀ ਸਿਲੇਬਸ ਨਹੀਂ ਸੀਗਾ, ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਕਿਹੜਾ ਕੁਸ਼ਚਨ ਕਦੋਂ ਪੁੱਛਿਆ ਜਾ ਸਕਦਾ ਇੱਥੇ, ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਦੱਸ ਸਕਦਾ ਕਿ ਨੈਕਸਟ ਕੁਸ਼ਚਨ ਕਿਹੜੀ ਸਬਜੈਕਟ 'ਚੋਂ ਆਏਗਾ ਜਾਂ ਕਿਹੜੀ ਫੀਲਡ 'ਚੋਂ ਆਏਗਾ। ਸੋ ਜੇ ਮੈਂ ਉੱਥੇ ਰਿਸਕ ਲੈਂਦਾ ਜਾਂ ਲਾਲਚ ਕਰਦਾ ਤਾਂ ਉਹ ਮੇਰੇ ਲਈ ਮੈਨੂੰ ਕੋਸਟਲੀ ਹੋ ਸਕਦਾ ਸੀ, ਕਿਉਂਕਿ 1 ਕਰੋੜ ਨਹੀਂ ਸੀ ਮਿਲਣਾ, 3,20,000 ਮਿਲਣਾ ਸੀ, ਅਤੇ ਮੈਂ ਓਨੈਸਟਲੀ ਉਹਦਾ ਜਵਾਬ ਦਿੱਤਾ ਸੀਗਾ ਕਿ ਨਹੀਂ, ਮੈਨੂੰ ਇਸਦਾ ਜਵਾਬ ਨਹੀਂ ਆਉਂਦਾ, ਕਿਉਂਕਿ ਇੱਕ ਇਨਸਾਨ ਹਰ ਕੁਝ ਨਹੀਂ ਪੜ੍ਹ ਸਕਦਾ, ਸਭ ਕੁਝ ਨਹੀਂ ਪੜ੍ਹ ਸਕਦਾ, ਇਸ ਕਰਕੇ ਮੈਂ ਉਸੇ ਓਨੈਸਟਲੀ ਜਵਾਬ ਦਿੱਤਾ ਸੀਗਾ ਨਹੀਂ ਸਰ, ਇਹ ਮੈਂ ਕਦੇ ਸੁਣਿਆ ਵੀ ਨਹੀਂ ਇਸ। ਜਦੋਂ ਵੀ ਅਸੀਂ ਸਰਹੱਦੀ ਪਿੰਡਾਂ ਦਾ ਜ਼ਿਕਰ ਕਰਦੇ ਹਾਂ ਜਾਂ ਤਾਂ ਨਸ਼ੇ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਜਾਂ ਫਿਰ ਪਿਛੜੇ ਪਿੰਡਾਂ ਦਾ ਨਾਂ ਲੈ ਕੇ ਕਿਹਾ ਜਾਂਦਾ, ਪਰ ਉਸ ਇਲਾਕੇ ਦੇ ਨੌਜਵਾਨ ਨੇ ਇੰਨਾ ਵੱਡਾ ਮੁਕਾਮ ਹਾਸਲ ਕੀਤਾ ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿਸ ਤਰ੍ਹਾਂ ਛੋਟੇ ਬੱਚੇ ਤੁਹਾਡਾ ਸਵਾਗਤ ਕਰ ਰਹੇ ਨੇ, ਉਹਨਾਂ ਦੇ ਲਈ ਕੀ ਮੈਸੇਜ ਔਰ ਕੀ ਤੁਸੀਂ ਸਮਝਦੇ ਹੋ ਕਿ ਪ੍ਰੇਰਣਾ ਬਣ ਸਕਦੇ ਹੋ ਤੁਸੀਂ? ਸਰ, ਪ੍ਰੇਰਣਾ ਦੇ ਮਤਲਬ ਜਿਵੇਂ ਬਹੁਤ ਲੋਕ ਕਹਿੰਦੇ ਕਿ ਸਾਡਾ ਜਿਹੜਾ ਇਲਾਕਾ ਪਿਛੜਿਆ, ਨਸ਼ੇ ਵਰਗਾ, ਮਤਲਬ ਨਸ਼ਿਆਂ ਦੇ ਵਿੱਚ ਡੁੱਬਦਾ ਜਾ ਰਿਹਾ ਇਲਾਕਾ ਸਾਡਾ, ਸਾਡੇ ਜਿਹੜੇ ਨੌਜਵਾਨ, ਸਾਡੇ ਵੀਰ ਭਰਾ ਜਿਹੜੇ ਬਾਹਰ ਵੀ ਜਾਂਦੇ ਸਰ, ਸਭ ਤੋਂ ਔਖਾ ਕੰਮ ਹੈ ਆਪਣੇ ਘਰਦਿਆਂ ਤੋਂ ਦੂਰ ਰਹਿਣਾ ਰੋਜ਼ੀ ਰੋਟੀ ਦੇ ਲਈ। ਸੋ ਮੈਂ ਇਹ ਨਹੀਂ ਕਹੂੰਗਾ ਕਿ ਜਿਹੜੇ ਕੈਨੇਡਾ ਜਾਂਦੇ ਲੋਕ ਕਿ ਮਤਲਬ ਉਹ ਲੋਕ ਮਤਲਬ
ਵੀ ਕੈਪੇਬਲ ਨਹੀਂ। ਹਾਂਜੀ, ਉਹ ਸਗੋਂ ਮੈਂ ਇਹ ਸਮਝਦਾ ਕਿ ਉਹ ਲੋਕ ਜ਼ਿਆਦਾ ਜਿਹੜੇ ਸਟਰੋਂਗ ਹੁੰਦੇ, ਕਿਉਂਕਿ ਆਪਣੇ ਘਰ ਤੋਂ ਦੂਰ ਰਹਿਣਾ, ਇੰਨੇ ਚਿਰ ਲਈ ਦੂਰ ਰਹਿਣਾ, ਵਿਦੇਸ਼ਾਂ ਦੇ ਵਿੱਚ ਰਹਿਣਾ, ਰੋਜ਼ੀ ਰੋਟੀ ਲਈ ਸਰ ਸਟਰਗਲ ਕਰਨਾ ਬਹੁਤ ਔਖਾ ਕੰਮ ਹੈ ਸਰ। ਜਦੋਂ ਇਕੱਲੇ ਰਹਿਣਾ ਘਰ ਤੋਂ ਬਾਅਦ ਬਹੁਤ ਔਖਾ ਹੋ ਜਾਂਦਾ। ਸੋ ਜਿਹੜੇ ਲੋਕ ਸਾਨੂੰ ਸਾਡੇ ਇਲਾਕੇ ਨੂੰ ਕਹਿੰਦੇ ਹੁੰਦੇ ਸੀਗੇ ਕਿ ਇਸ ਇਲਾਕੇ ਦੇ ਵਿੱਚ ਸਿਰਫ ਚਿੱਟੇ ਦੀਆਂ ਖਬਰਾਂ ਹੁੰਦੀਆਂ ਜਾਂ ਡਰੋਨ ਦੀਆਂ ਖਬਰਾਂ ਹੁੰਦੀਆਂ, ਬਹੁਤ ਮਾਣ ਮਹਿਸੂਸ ਹੁੰਦਾ ਕਿ ਚਲੋ ਉਸ ਇਲਾਕੇ ਦੇ ਵਿੱਚ ਕੋਈ ਸਾਨੂੰ ਇਹ ਨਹੀਂ ਕਹੂਗਾ ਕਿ ਹੁਣ ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਇਹੋ ਜਿਹੀ ਖਬਰ ਹੀ ਨਹੀਂ ਆਈ ਪੜ੍ਹਾਈ ਦੀ ਅਜੇ ਵੀ। ਪਰ ਇਹ ਨਹੀਂ ਹੈ ਕਿ ਸਾਡੇ ਜਿਹੜੇ ਨੌਜਵਾਨ ਜਾਂ ਸਾਡੇ ਵੀਰ ਭਰਾ ਹੈ ਜਿਹੜੇ ਸਿਰਫ ਵਿਦੇਸ਼ ਜਾਂਦੇ, ਅਸੀਂ ਵਿਦੇਸ਼ ਵੀ ਜਾਂਦੇ ਹਾਂ ਅਸੀਂ ਹਰ ਫੀਲਡ ਦੇ ਵਿੱਚ ਕੰਮ ਕਰਦੇ ਹਾਂ। ਸੋ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਅਸੀਂ ਸਿਰਫ ਵਿਦੇਸ਼ ਜਾਂਦੇ ਹਾਂ ਜਾਂ ਨਸ਼ੇ ਵਿੱਚ ਫਿਰਦੇ ਹਾਂ। ਜਿਸ ਤਰ੍ਹਾਂ ਅਸੀਂ ਤੁਹਾਡੇ ਸਕੂਲ ਦੇ ਵਿੱਚ ਹਾਂ, ਪਿੰਡ ਦੇ ਵਿੱਚ ਹੀ ਸਕੂਲ ਹੈ, ਸਕੂਲ ਦੇ ਨਾਲ ਨਾਲ ਤੁਸੀਂ ਸਮਝਦੇ ਹੋ ਕਿ ਜਿਹੜੇ ਪੇਰੈਂਟਸ ਨੇ, ਮਾਂ ਪਿਓ ਨੇ, ਉਹਨਾਂ ਦੀ ਜਿਹੜੀ ਸੇਧ ਜਾਂ ਉਹਨਾਂ ਦੇ ਦਿਸ਼ਾ ਨਿਰਦੇਸ਼ ਬਹੁਤ ਜ਼ਰੂਰੀ ਨੇ ਬੱਚੇ ਨੂੰ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਵਧਣ ਲਈ। ਬਿਲਕੁਲ ਸਰ, ਬਿਲਕੁਲ, ਜਿਹੜੇ ਸ਼ੁਰੂਆਤੀ ਸਾਲ ਹੁੰਦੇ ਨੇ ਕਿਸੇ ਵੀ ਜ਼ਿੰਦਗੀ ਦੇ ਸਰ, ਜੇ ਉੱਥੇ ਇੱਕ ਵਧੀਆ ਐਜੂਕੇਸ਼ਨ ਮਿਲੇ ਆਪਾਂ ਨੂੰ ਅਤੇ ਵਧੀਆ ਘਰਦਿਆਂ ਦੇ ਸੰਸਕਾਰ ਮਿਲ, ਅਤੇ ਇਹ ਮਤਲਬ ਲਾਜ਼ਮੀ ਹੋ ਜਾਂਦਾ ਕਿ ਜਿਹੜੇ ਬੰਦੇ ਦਾ ਮਾਨਸਿਕ ਜਾਂ ਸਰੀਰਕ ਵਿਕਾਸ ਹੈ ਬਹੁਤ ਜ਼ਰੂਰੀ ਹੋ ਜਾਂਦਾ। ਇੱਕ ਆਖਰੀ ਸਵਾਲ, ਤੁਸੀਂ ਜਿਸ ਸ਼ੋਅ ਦੇ ਵਿੱਚ ਗਏ ਉਹਦੇ ਵਿੱਚ ਐਜੂਕੇਸ਼ਨ ਸਭ ਤੋਂ ਪਹਿਲਾਂ ਸੀ, ਪੈਸਾ ਬਾਅਦ ਦੇ ਵਿੱਚ ਦੇਖਿਆ ਜਾਂਦਾ, ਪਰ ਐਜੂਕੇਸ਼ਨ ਦੇ ਨਾਲ ਨਾਲ ਹੁਣ ਇੱਕ ਬਹੁਤ ਜਿਹੜਾ ਵੱਡਾ ਅਮਾਊਂਟ ਹੈ, ਕਿਉਂਕਿ ਸਧਾਰਨ ਘਰਾਂ ਦੇ ਵਿੱਚ ਤੁਸੀਂ ਰਹਿਣ ਵਾਲੇ ਨੌਜਵਾਨ ਹੋ, ਤਾਂ ਉਸ ਅਮਾਊਂਟ ਨੂੰ ਜਦੋਂ ਪਤਾ ਲੱਗਿਆ ਕਿ ਜਸਕਰਨ ਸਿੰਘ ਹੁਣ ਇਸਦਾ ਮਾਲਕ ਬਣ ਗਿਆ, ਉਹ ਕਿੰਨਾ ਕੁ ਖੁਸ਼ੀ ਵਾਲਾ ਪਲ ਸੀ? ਸਭ ਤੋਂ ਪਹਿਲਾਂ ਸਰ, ਜਿਵੇਂ ਮੈਂ ਕਿ ਸਟੋਰੀ ਦੇ ਵਿੱਚ ਵੀ ਦੱਸਿਆ ਸੀਗਾ ਕਿ ਜਿਹੜੀ ਜਿੰਨੀ ਵੀ ਅਮਾਊਂਟ ਮੈਂ ਜਿੱਤੂੰਗਾ ਆਪਣੇ ਘਰਦਿਆਂ ਲਈ ਜਾਂ ਆਪਣੇ ਘਰ ਦੇ ਲਈ ਯੂਜ਼ ਕਰੂੰਗਾ, ਮੈਨੂੰ ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਹੁਣ ਜੇ ਮਤਲਬ ਪੈਸੇ ਆ ਗਏ ਜਾਂ ਆਪਣਾ ਜਿਹੜਾ ਟਾਰਗੇਟ ਸੈੱਟ ਕੀਤਾ ਸੀਗਾ ਮੈਂ ਇਸ ਤੋਂ ਬਾਅਦ ਯੂ ਪੀ ਐੱਸ ਸੀ ਦੇ ਐਗਜ਼ਾਮ ਦਾ, ਉਹ ਛੱਡ ਦੇਵਾਂ, ਨਹੀਂ ਹੁਣ ਸਗੋਂ ਉਹਦੇ ਲਈ ਜ਼ਿਆਦਾ ਮਿਹਨਤ ਕਰਨੀ ਹੈ ਸਰ। ਸੋ ਇਹ ਜਿਹੜੀ ਜਿੰਨੀ ਵੀ ਯੂਟੀਲਾਈਜੇਸ਼ਨ ਹੋਏਗੀ ਪੈਸਿਆਂ ਦੀ, ਉਹ ਘਰ ਦੇ ਲਈ ਤਾਂ ਸਹੀ। ਅਤੇ ਜਸਕਰਨ ਸਿੰਘ ਉਹੀ ਰਹੇਗਾ ਜਾਂ ਉਸ ਤੋਂ ਬਾਅਦ ਕਰੋੜਪਤੀ ਵਾਲੀ ਕੋਈ ਫੀਲਿੰਗ ਜਾਂ ਕੋਈ ਈਗੋ? ਨਹੀਂ ਸਰ, ਈਗੋ ਵਾਲੀ ਕੋਈ ਗੱਲ ਹੀ ਨਹੀਂ ਸਰ। ਮਤਲਬ ਜਿੰਨੇ ਪੈਸੇ ਸ਼ਾਇਦ ਮੈਂ ਕਮਾਏ, ਇਸ ਤੋਂ ਜ਼ਿਆਦਾ ਦੇ ਲੋਕਾਂ ਦੇ ਅਕਾਊਂਟ ਦੇ ਵਿੱਚ ਪੂੰਜੀ ਪਏ ਰਹਿੰਦੇ। ਸੋ ਇਸ ਗੱਲ ਦਾ ਹੰਕਾਰ ਕਰਨਾ ਤਾਂ ਕੋਈ ਫਾਇਦਾ ਹੀ ਬਣਦਾ ਹੀ ਨਹੀਂ। ਤਾਂ ਇੱਥੇ ਇੱਕ ਤੁਹਾਡੇ ਅਧਿਆਪਕ ਵੀ ਨਾਲ ਨੇ, ਉਹਨਾਂ ਤੋਂ ਜ਼ਰੂਰ ਬਣਦਾ ਤੁਹਾਡੇ।